ਹੁਣ ਅਸੀਂ ਕੰਮ ਉਹਨਾਂ ਨੂੰ ਪਤਾ ਨੀ ਤੁਹਾਡੀਆਂ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਹੋਈਆਂ ਜੀ ਕਿ ਜਿਹੜਾ ਹੈਗਾ ਹੁਣ ਆਲ ਇੰਡੀਆ ਬੰਦ ਹੋਣ ਜਾ ਰਿਹਾ, ਕਿੰਨਾ ਨੁਕਸਾਨ ਹੋਏਗਾ ਜੀ ਪੂਰੇ ਦੇਸ਼ ਦੇ ਵਿੱਚ ਬੰਦ ਹੋਏਗਾ ਜਿਹੜਾ, ਇਹ ਤਾਂ ਅਜੇ ਸ਼ੁਰੂਆਤ ਹੈ, ਇਹ ਸਪਰੈਡ ਕਰੇਗਾ ਔਰ ਇਹਦਾ ਦੇਸ਼ ਨੂੰ ਨੁਕਸਾਨ ਹੋਏਗਾ। ਆਮ ਆਦਮੀ ਪਾਰਟੀ ਨੇ ਗੱਲ ਕਰਾਈ ਇਹਨਾਂ ਦੀ ਸਿਆਸਤ ਕੀ ਆ ਕਿ ਅਸੀਂ ਜਿਹੜੇ ਹੈਗੇ ਆ ਕੋਈ ਅਸੀਂ ਕੋਈ ਧਾਰਮਿਕ ਲੀਡਰ ਹਾਂ ਜੀ, ਅਸੀਂ ਕੋਈ ਮਤਲਬ ਕੋਈ ਹੋਰ ਕੰਮ ਕਰ ਰਹੇ ਸੀ, ਅਸੀਂ ਸਾਰੇ ਸਿਆਸਤ ਵਿੱਚ ਨਹੀਂ ਹਾਂ ਜੀ। ਹਰਿਆਣਾ ਸਰਕਾਰ ਕੀ ਕਰ ਰਹੀ ਹੈ ਜੀ, ਗੰਦੀ ਸਿਆਸਤ ਕਰ ਰਹੀ ਹੈ ਜੀ। ਜਿਹੜਾ ਜ਼ਿਆਦਾ ਇੰਜਰਡ ਫਾਰਮਰ ਆਏ ਉਹ ਮੈਕਸੀਮਮ ਰਾਜਪੁਰਾ ਦੇ ਆਏ, ਸ਼ੰਭੂ ਬਾਰਡਰ ਲਾਣਾ ਦੇ ਮੈਕਸੀਮਮ, ਕੱਲ੍ਹ ਵੀ ਅਤੇ ਅੱਜ ਵੀ ਉੱਥੇ ਤਕਰੀਬਨ 40 ਤੋਂ ਜ਼ਿਆਦਾ ਜਿਹੜੇ ਹੈਗੇ ਆ, 26 ਤਾਂ ਕੱਲ੍ਹ ਆਏ ਸੀ, 4 ਰਾਤ ਨੂੰ ਆਏ ਅਤੇ 10 ਤੋਂ ਜ਼ਿਆਦਾ ਹੁਣ ਆ ਰਹੇ ਸੀ, ਅੱਜ 10 ਪਹੁੰਚ ਚੁੱਕੇ ਸੀ। ਉਹਨਾਂ 'ਚੋਂ ਇੱਥੇ ਇੱਕ ਹੈੱਡ ਡਿਗਰੀ ਦਾ ਪੇਸ਼ੈਂਟ ਆ ਜਿਹਨੂੰ ਮੈਂ ਦੇਖਣਾ, ਇੱਕ ENT ਦਾ, ਇੱਕ ਸਰਜਰੀ ਦਾ ਔਰ ਇੱਕ ਔਰਥੋ ਦਾ, 4 ਪੇਸ਼ੈਂਟ ਰੈਫਰ ਕੀਤੇ ਸੀਗੇ। ਇੱਕ ਪੇਸ਼ੈਂਟ ਜਿਹੜਾ ਸੀਗਾ ਅਸੀਂ ਉਹ ਬਨੂਰ ਤੋਂ ਜਿਹੜਾ ਰੈਫਰ ਹੋਇਆ ਸੀਗਾ, ਸੈਕਟਰ 32 'ਚ ਹੋਇਆ ਸੀਗਾ, ਅਤੇ ਮੈਂ ਸਾਰੇ ਉਹਨਾਂ ਦੇ ਜਿਹੜਾ ਹੈਗਾ ਜੀ ਉਹਨਾਂ ਦਾ ਦੁੱਖ ਤਕਲੀਫ ਜਿਹੜੀ ਪੇਨ ਸਾਂਝੀ ਕਰਨ ਵਾਸਤੇ, ਉਹਨਾਂ ਦਾ ਹਾਲ ਚਾਲ ਪੁੱਛਣ ਵਾਸਤੇ ਅਤੇ ਉਹਨਾਂ ਦਾ ਇਲਾਜ ਠੀਕ ਚੱਲ ਰਿਹਾ ਹੈਗਾ ਉਹ ਦੇਖਣ ਵਾਸਤੇ ਆਇਆ। ਸਾਰੀਆਂ ਅਰੇਂਜਮੈਂਟ ਅਸੀਂ ਕੀਤੀਆਂ ਹੋਈਆਂ ਸਾਰੇ ਹਸਪਤਾਲ 'ਚ ਜਿੰਨਾ ਵੀ ਬਾਰਡਰ ਡਿਸਟ੍ਰਿਕਟ ਹੈ। ਬਟ ਬਹੁਤ ਅਨਫੋਰਚੁਨੇਟ ਹੈ ਜੀ ਕਿ ਕਿਸਾਨ ਆਪਣੇ ਦੇਸ਼ ਦੇ ਵਿੱਚ ਆਪਣੀ ਨੈਸ਼ਨਲ ਕੈਪੀਟਲ 'ਚ ਪ੍ਰੋਟੈਸਟ ਕਰਨ ਜਾ ਰਹੇ ਆ। ਪੀਸਫੁਲ ਹੈ, ਅੰਮ੍ਰਿਤਸਰ ਤੋਂ ਚੱਲੇ ਹੋਏ ਜਿਹੜੇ ਬੰਦੇ ਆ ਉਹ 300 ਕਿਲੋਮੀਟਰ ਬਿਲਕੁਲ ਪੀਸਫੁਲ ਸੀਗਾ। ਹਰਿਆਣਾ ਦੀ ਸਰਕਾਰ ਨੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਬਾਰਡਰ ਕਿਹੋ ਜਿਹਾ ਬਣਾ ਰੱਖਿਆ, ਮਤਲਬ ਈਵਨ ਪਾਕਿਸਤਾਨ ਦੇ ਬਾਰਡਰ ਤੋਂ ਭੈੜਾ ਬਣਾ ਰੱਖਿਆ, ਉੱਥੇ ਕਿੰਨਾ ਲਾ ਰੱਖੀਆਂ, ਮਤਲਬ ਐਡੇ ਐਡੇ ਵੱਡੇ ਬੋਰਡਰ ਕੰਢੇ ਦੀਆਂ ਤਾਰਾਂ ਅਤੇ ਹੋਰ ਸਾਰੇ ਜਿਹੜੇ ਬੈਰੀਅਰ ਲਾ ਰੱਖੇ। ਵੈਰੀ ਅਨਫੋਰਚੁਨੇਟ, ਨੈਸ਼ਨਲ ਹਾਈਵੇ ਉਹਨਾਂ ਨੇ ਬੰਦ ਕੀਤਾ ਹੋਇਆ ਜੋ ਕਿ ਮਤਲਬ ਇੱਕ ਪੀਸਫੁਲ ਪ੍ਰੋਟੈਸਟ ਨੂੰ ਰੋਕਣ ਲਈ, ਜਿਹੜੀ ਕਿ ਬਹੁਤ ਮਾੜੀ ਗੱਲ ਹੈ। ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਉਹਨਾਂ ਨੂੰ ਜਾਣ ਦਿਓ ਜਲਦੀ, ਮਾਨਯੋਗ ਅਦਾਲਤ ਨੇ ਵੀ ਕਿਹਾ ਕਿ ਉਹਨਾਂ ਨੂੰ ਪ੍ਰੋਟੈਸਟ ਕਰਨ ਲਈ ਜਗ੍ਹਾ ਦਿਓ ਔਰ ਘੱਟੋ ਘੱਟ ਤੁਸੀਂ ਜਿਹੜੀ ਮਾਨਯੋਗ ਅਦਾਲਤ ਹੈ, ਹਾਈਕੋਰਟ ਦੀ ਜਿਹੜੀ ਤੁਸੀਂ ਜਿਹੜੀ ਹੈਗੀ ਆ ਉਹਨੂੰ ਜ਼ਰੂਰ ਤੁਸੀਂ ਜਿਹੜੀ ਉਹਨਾਂ ਦੀ ਉਹਨਾਂ ਦਾ ਹੁਕਮ ਹੈ ਉਹ ਵਾਲੇ। ਕਹਿੰਦੇ ਕਿ ਇੰਜਰਡ ਤੇ ਪੰਜਾਬ ਵਾਲੇ ਪਾਸੇ ਹੋ ਰਹੇ ਸਾਰੇ ਕਿਸਾਨ, ਹਰਿਆਣਾ ਤਾਂ ਹਲੇ ਗਏ ਵੀ ਨਹੀਂ, ਤੇ ਪੰਜਾਬ ਸਰਕਾਰ ਆਪਣਾ ਜਿਹੜਾ ਕਰਤੱਵ ਕਿਉਂ ਨਹੀਂ ਨਿਭਾ ਰਹੀ, ਕਿਉਂ ਕਾਨੂੰਨੀ ਕਾਰਵਾਈ ਨਹੀਂ ਕਰ ਰਹੀ? ਪੰਜਾਬ ਸਰਕਾਰ ਨੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੇਂਦਰ ਦੇ ਮੰਤਰੀਆਂ ਨੂੰ ਬੁਲਾ ਕੇ ਵੀ ਕਿਸਾਨਾਂ ਨਾਲ ਗੱਲਬਾਤ ਕਰਾਈ, ਉਹਨਾਂ ਨੇ ਆਪਣਾ ਜਿਹੜਾ ਉਹ ਫਰਜ਼ ਨਿਭਾਇਆ। ਇਹ ਹਰਿਆਣਾ ਸਰਕਾਰ ਜਿਹੜੀ ਆ ਜ਼ਿਆਦਤੀ ਕਰ ਰਹੀ ਹੈ, ਇਹ ਕੋਈ ਆਪਣੇ ਮਤਲਬ ਜਿਹੜੇ ਆਪਣੇ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਇਹ ਜਿਹੜਾ ਵਤੀਰਾ ਹੈ ਠੀਕ ਨਹੀਂ ਹੈ। ਹਰਿਆਣੇ ਦਾ ਜਿਹੜਾ ਵਤੀਰਾ ਹੈਗਾ ਇਹ ਗੈਰ ਸੰਵਿਧਾਨਕ ਹੈ, ਗੈਰ ਲੋਕਤੰਤਰਿਕ ਹੈ ਔਰ ਐਂਟੀ ਪੀਪਲ ਹੈ, ਐਂਟੀ ਫਾਰਮਰ ਹੈ, ਕਿਸਾਨਾਂ ਮਜ਼ਦੂਰਾਂ ਦੇ ਬਿਲਕੁਲ ਖਿਲਾਫ ਹੈ ਔਰ ਬਿਲਕੁਲ ਹੀ ਕਿਸੇ ਵੀ ਮਰਿਆਦਾ ਦੇ ਕਿਸੇ ਵੀ ਪੱਖ ਤੋਂ ਇਹ ਜਿਹੜਾ ਹੈਗਾ ਮੋਰਲ ਪੱਖ ਤੋਂ, ਕਾਨੂੰਨੀ ਪੱਖ ਤੋਂ ਬਿਲਕੁਲ ਗਲਤ ਹੈ। ਮੈਂ ਇਹਦੀ ਨਿੰਦਾ ਕਰਦਾ ਔਰ ਹਰਿਆਣਾ ਸਰਕਾਰ ਨੂੰ ਅਪੀਲ ਕਰਦਾ ਕਿ ਤੁਹਾਨੂੰ ਕੋਈ ਹੱਕ ਨਹੀਂ ਹੈ, ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਹਰਿਆਣੇ ਦਾ ਕੋਈ ਲੈਣਾ ਦੇਣਾ ਨਹੀਂ ਹੈ ਪ੍ਰੋਟੈਸਟ ਦੇ ਨਾਲ। ਉਹਨਾਂ ਦੀ ਜਿਹੜੀ ਗ੍ਰੀਵੈਂਸ ਹੈ ਉਹ ਬੜੀ ਜੈਨੂਅਨ ਹੈ ਅਤੇ ਉਹਨਾਂ ਨੂੰ ਜਾ ਕੇ ਪ੍ਰੋਟੈਸਟ ਕਰਨ ਦਾ ਹੱਕ ਹੈ, ਸਾਡਾ ਸੰਵਿਧਾਨ ਹੱਕ ਦਿੰਦਾ। ਅਤੇ ਹਰਿਆਣਾ ਦੀ ਸਰਕਾਰ ਗਲਤ ਕਰ ਰਹੀ ਹੈ ਜੀ, ਬਿਲਕੁਲ ਗਲਤ ਕਰ ਰਹੀ ਹੈ। ਦੇਖੋ ਉਹਨਾਂ ਵਾਸਤੇ ਅਸੀਂ ਸਾਰਾ ਉਹਨਾਂ ਦਾ ਜਿਹੜਾ ਇਲਾਜ ਹੈ, ਮਰਨ ਪੱਟੀ ਹੈ, ਸਾਰਾ ਕੁਝ ਇਲਾਜ ਉਹਨਾਂ ਦਾ ਫ੍ਰੀ ਸਾਡੀ ਸਰਕਾਰ ਕਰਾ ਰਹੀ ਹੈ, ਮਾਨ ਸਾਹਿਬ ਨੇ ਮੇਰੀ ਡਿਊਟੀ ਲਗਾਈ ਹੈ। ਇਸ ਤੋਂ ਸਿਵਾਏ ਉੱਥੇ ਉਹਨਾਂ ਨੂੰ ਹੋਰ ਜਿਹੜੀ ਵੀ ਸੁਵਿਧਾ ਜਿਹੜੀ ਕਿਸਾਨ ਨੂੰ ਜਿਹੜੀ ਹੈਗੀ ਆ, ਮੈਡੀਕਲ ਏਡ, ਐਂਬੂਲੈਂਸ ਲਗਾਈਆਂ ਅਸੀਂ, ਉਹਨਾਂ ਦੀ ਮਰਨ ਪੱਟੀ ਕਰਨਾ ਸਾਡਾ, ਤਾਂ ਅਸੀਂ ਜਿਹੜਾ ਹੈਗਾ ਉਹ ਪੀਸਫੁਲ ਪ੍ਰੋਟੈਸਟ ਜਿਹੜਾ ਹੈਗਾ ਉਹ ਕਿਸਾਨ ਕਰ ਰਹੇ ਆ ਅਤੇ ਅਸੀਂ ਉਹਨਾਂ ਨੂੰ ਜੋ ਉਹਨਾਂ ਨੂੰ ਮੈਡੀਕਲ ਏਡ ਜਾਂ ਹੋਰ ਜੋ ਸਾਡੇ ਕੋਲ ਕੋਈ ਮੋਰਲ ਸਪੋਰਟ ਜਾਂ ਹੋਰ ਜੋ ਵੀ ਚਾਹੀਦੀ ਅਸੀਂ ਬਿਲਕੁਲ ਉਹਨਾਂ ਨੂੰ ਦਿਆਂਗੇ। ਪੰਜਾਬ ਸਰਕਾਰ ਰਸਤਾ ਬਣਾਉਣ ਜਾ ਰਹੀ ਹੈ ਜੀ ਹਰਿਆਣਾ ਸਰਕਾਰ ਨਾਲ, ਕਿਵੇਂ ਅਟੈਕ ਨਾ ਕੀਤੀ ਜਾਵੇ? ਰਸਤਾ ਤਾਂ ਲਗਾਤਾਰ ਬਣਾਇਆ ਹੀ ਹੋਇਆ ਜੀ, ਅਸੀਂ ਤਾਂ ਉਹਨਾਂ ਨੂੰ ਅਪੀਲ ਕਰ ਰਹੇ ਹਾਂ, ਤੁਹਾਡੇ ਥਰੂ ਅਪੀਲ ਕਰ ਰਹੇ ਹਾਂ, ਉਹ ਰਸਤਾ ਕੀ ਹੁੰਦਾ ਜੀ?
ਮੈਂ ਉਹਨਾਂ ਨੂੰ ਕੱਲ੍ਹ ਦੇ ਅਪੀਲ ਕਰ ਰਿਹਾ, ਸਾਰੇ ਅਸੀਂ ਅਪੀਲ ਕਰ ਰਹੇ ਹਾਂ ਵੀ ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਨੈਸ਼ਨਲ ਹਾਈਵੇ ਨੂੰ ਬੰਦ ਨਾ ਕਰੋ। ਲੋਕਾਂ ਨੂੰ ਇਨਕਨਵੀਨੀਅੰਸ ਹੋ ਰਹੀ ਹੈ, ਫਾਰਮਰਸ ਨੂੰ ਪ੍ਰੋਟੈਸਟ ਕਰਨ ਤੋਂ ਰੋਕਿਆ ਜਾ ਰਿਹਾ, ਪੱਤਰਕਾਰਾਂ ਦੇ ਉੱਤੇ ਵੀ ਤੁਹਾਡੇ ਇੰਜਰੀਜ਼ ਹੋਈਆਂ ਨਾ, ਤੁਹਾਡੇ ਨਾਲ ਦੇ ਤਿੰਨ ਚਾਰ ਪੱਤਰਕਾਰਾਂ ਦੇ ਵੀ ਇੰਜਰੀਜ਼ ਹੋਈਆਂ, ਔਰ ਤੁਸੀਂ ਸਮਾਨ ਦੇ ਉੱਤੇ ਗੋਲੇ ਵਸਾ ਰਹੇ ਹੋ ਆਪਣੇ ਕਿਸਾਨਾਂ ਦੇ ਉੱਤੇ। ਇਹ ਕਿੱਥੇ ਕਿਹੜੇ ਕਿਹੋ ਜਿਹਾ ਲੋਕ ਰਾਜ ਆਇਆ ਤੁਸੀਂ ਇਹਨੂੰ ਮਦਰ ਆਫ ਡੈਮੋਕ੍ਰੇਸੀ ਕਹਿੰਦੇ ਹੋ, ਉਹਨੂੰ ਅੰਨਦਾਤਾ ਦੇ ਉੱਤੇ ਤੁਸੀਂ ਅੱਤਿਆਚਾਰ ਕਰ ਰਹੇ ਹੋ। ਇਹ ਅੱਤਿਆਚਾਰ ਹੈ, ਘੋਰ ਅੱਤਿਆਚਾਰ ਹੈ, ਗਲਤ ਹੈ, ਬਿਲਕੁਲ ਇਹਨੂੰ ਬੰਦ ਹੋਣਾ ਚਾਹੀਦਾ। ਸਰ ਕਿਤਨੇ ਕਿਸਾਨ ਜ਼ਖਮੀ ਹੋ ਚੁੱਕੇ ਹੈ ਸਰ? ਦੇਖੋ 40 ਤਾਂ ਰਾਜਪੁਰੇ ਆ ਚੁੱਕੇ ਆ ਜੀ, ਇਸ ਤੋਂ ਸਿਵਾਏ ਬਲੂੜ ਚ ਆਏ ਆ 3-4, ਖਨੌਰੀ ਚੋਂ ਆਏ ਆ, ਹੁਣ ਅੱਜ ਮਤਲਬ ਸਵੇਰ ਦੇ 10 ਆ ਚੁੱਕੇ ਆ ਰਾਜਪੁਰੇ ਦੇ ਵਿੱਚ। ਮੈਂ ਸਾਰੇ ਜਿੰਨੇ ਵੀ ਸਾਡੇ 7 ਬਾਰਡਰ ਡਿਸਟ੍ਰਿਕਟ ਹੈਗੇ ਆ, ਉਹ ਆਪਣਾ ਮੋਹਾਲੀ ਤੋਂ ਲੈ ਕੇ ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਉਸ ਤੋਂ ਬਾਅਦ ਬਠਿੰਡਾ ਅਤੇ ਮੁਕਤਸਰ, ਜਿੰਨੇ ਵੀ ਸਾਡੇ ਬਾਰਡਰ ਡਿਸਟ੍ਰਿਕਟ ਹੈ ਸਾਰਿਆਂ ਦੇ ਵਿੱਚ ਮੈਂ ਮੈਡੀਕਲ ਸਹੂਲਤਾਂ ਜੋ ਮੇਰਾ ਕੰਮ ਹੈ ਉਹ ਅਸੀਂ ਕੱਲ੍ਹ ਦੀ ਅਸੀਂ ਕੱਲ੍ਹ ਸਾਰਾ ਅਰੇਂਜਮੈਂਟ ਕੀਤਾ ਹੋਇਆ, ਉਹ ਸਾਰੀਆਂ ਦਵਾਈਆਂ ਡਾਕਟਰ 24 ਘੰਟੇ ਡਿਊਟੀਆਂ ਲਗਾ ਰੱਖੀਆਂ, ਐਂਬੂਲੈਂਸ ਤੈਨਾਤ ਕਰ ਰੱਖੀਆਂ। ਜੋ ਸਾਡਾ ਕੰਮ ਅਸੀਂ ਕਰ ਰਹੇ ਹਾਂ, ਬਟ ਹਰਿਆਣਾ ਸਰਕਾਰ ਜੋ ਕੰਮ ਕਰ ਰਹੀ ਹੈ ਉਹ ਬਹੁਤ ਗਲਤ ਕਰ ਰਹੀ ਹੈ। ਮੈਂ ਫਿਰ ਉਹਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਉਹਨਾਂ ਨੂੰ ਦਿੱਲੀ ਜਾਣ ਦਿਓ, ਉਹਨਾਂ ਨੂੰ ਜਾ ਕੇ ਜੰਤਰ ਮੰਤਰ, ਸਾਰੀ ਦੁਨੀਆ ਪ੍ਰੋਟੈਸਟ ਕਰਦੀ ਹੈ, ਸਾਰੇ ਪ੍ਰੋਟੈਸਟ ਜੰਤਰ ਮੰਤਰ ਤੇ ਹੁੰਦੇ ਆ, ਰਾਮਲੀਲਾ ਗਰਾਊਂਡ ਚ ਹੁੰਦੇ ਆ, ਕਿਸਾਨ ਕਿਉਂ ਨਹੀਂ ਕਰ ਸਕਦੇ, ਮਜ਼ਦੂਰ ਕਿਉਂ ਨਹੀਂ ਕਰ ਸਕਦੇ? ਸਰ ਸਵਾਲ ਚੱਕ ਰਹੇ ਨੇ ਕਿ ਆਮ ਆਦਮੀ ਪਾਰਟੀ ਇਸ ਤੇ ਸਿਆਸਤ ਕਰ ਰਹੀ ਹੈ ਕਿਸਾਨਾਂ ਦੀ, ਕਾਹਦੀ ਸਿਆਸਤ ਕਰ ਰਹੀ ਹੈ ਜੀ? ਆਮ ਆਦਮੀ ਪਾਰਟੀ ਨੇ ਗੱਲ ਕਰਾਈ ਇਹਨਾਂ ਦੀ, ਸਿਆਸਤ ਕੀ ਆ ਜੀ? ਅਸੀਂ ਜਿਹੜੇ ਹੈਗੇ ਆ ਕੋਈ, ਅਸੀਂ ਕੋਈ ਧਾਰਮਿਕ ਲੀਡਰ ਹਾਂ ਜੀ, ਅਸੀਂ ਕੋਈ ਮਤਲਬ ਕੋਈ ਹੋਰ ਕੰਮ ਕਰ ਰਹੇ ਹਾਂ, ਅਸੀਂ ਸਾਰੇ ਸਿਆਸਤ ਵਿੱਚ ਨਹੀਂ ਹੈ ਜੀ। ਹਰਿਆਣਾ ਸਰਕਾਰ ਕੀ ਕਰ ਰਹੀ ਹੈ ਜੀ? ਗੰਦੀ ਸਿਆਸਤ ਕਰ ਰਹੀ ਹੈ ਜੀ। ਕੇਂਦਰ ਸਰਕਾਰ ਦੀ ਕੀ ਕਰ ਰਹੀ ਹੈ ਜੀ? ਗੰਦੀ ਸਿਆਸਤ ਕਰ ਰਹੀ ਹੈ ਜੀ। ਉਹ ਕਿਸਾਨਾਂ ਨਾਲ ਗੱਲ ਕਰੋ ਤੁਸੀਂ, ਇਹਦੇ 'ਚ ਅਸੀਂ ਕੀ ਸਿਆਸਤ ਕਰ ਰਹੇ ਹਾਂ? ਤੁਹਾਡੀ ਗੱਲਬਾਤ ਕਰਾਈ ਆ, ਫੈਸਲਾ ਕੇਂਦਰ ਸਰਕਾਰ ਨੇ ਕਰਨਾ, ਹਰਿਆਣਾ ਸਰਕਾਰ ਦਾ ਲੈਣਾ ਦੇਣਾ ਨਹੀਂ ਕੁਛ ਵੀ ਨਾ ਤਿੰਨਾਂ ਚੋਣਾਂ ਤੇਰਾਂ। ਦੇਖੋ ਹਰ ਇੱਕ ਲੀਡਰ ਜਿਹੜਾ ਬਿਆਨ ਜੋ ਮਰਜ਼ੀ ਦੇਵੇ ਜੀ, ਜਿਹੜਾ ਮੁੱਦਾ ਹੈਗਾ ਰਾਹੁਲ ਗਾਂਧੀ ਦਾ ਮੁੱਦਾ ਨਹੀਂ ਹੈ, ਮੁੱਦਾ ਕਿਸਾਨਾਂ ਦਾ, ਮਜ਼ਦੂਰਾਂ ਦਾ, ਇਹਦਾ ਸੰਬੰਧ ਕੇਂਦਰ ਸਰਕਾਰ ਨਾਲ ਹੈ। ਤੁਸੀਂ ਇਹਨੂੰ ਉੱਥੇ ਰੱਖੋ, ਇਹਦਾ ਫੋਕਸ ਉੱਥੇ ਰੱਖੋ ਜਿਹੜੀ ਕੇਂਦਰ ਸਰਕਾਰ ਹੈ, ਕਿਸਾਨਾਂ ਨੂੰ ਜਵਾਬ ਦੇਵੇ, ਨਾ ਰਾਹੁਲ ਗਾਂਧੀ ਨੂੰ ਜਵਾਬ ਦੇਵੇ, ਨਾ ਸਾਨੂੰ ਜਵਾਬ ਦੇਵੇ। ਅਨੁਰਾਗ ਠਾਕੁਰ ਨੇ ਸੰਪਰਕ ਕੀਤਾ ਜੀ ਕਿਸਾਨਾਂ ਦੇ ਨਾਲ? ਤੇ ਕੀਤਾ ਤੇ ਫਿਰ ਕਰਨ ਗੱਲ ਨਾ ਜੀ, ਪਹਿਲਾਂ ਕਿਉਂ ਨਹੀਂ ਕੀਤਾ ਜੀ? ਉਹ ਜਦੋਂ 26 ਮਹੀਨੇ ਹੋ ਗਏ, ਪਹਿਲਾਂ ਕਿਉਂ ਨਹੀਂ ਕੀਤਾ? 2 ਮਹੀਨੇ ਉਹਨਾਂ ਨੂੰ ਨੋਟਿਸ ਦਿੱਤੇ ਨੂੰ ਹੋ ਗਏ, ਆਹ 16 ਤਰੀਕ ਨੂੰ ਬੰਦ ਹੈ ਜੀ, ਜਿਹੜੇ ਤੁਹਾਡੇ ਚਾਹੇ ਰਾਜੇਵਾਲ ਜੀ ਹੈ, ਲੱਖੋਵਾਲ ਜੀ ਹੈ, ਡਾਕਟਰ ਦਰਸ਼ਨਪਾਲ ਹੈ, ਉਗਰਾਹਾ ਜੀ ਹੈ, ਆਪਣੇ ਟਕੈਤ ਸਾਹਿਬ ਹੈ, ਜਾਂ ਜੜੂਨੀ ਹੈ, ਜਿੰਨੀਆਂ ਟ੍ਰੇਡ ਯੂਨੀਅਨਸ ਹੈ, ਜਿੰਨੇ ਟਰਾਂਸਪੋਰਟ ਹੈ, ਇਹ ਹੁਣ ਅਸੀਂ ਕਹਾਂਗੇ ਉਹਨਾਂ ਨੂੰ ਪਤਾ ਨਹੀਂ ਹੈ? ਤੁਹਾਡੀਆਂ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਹੋਈਆਂ ਜੀ ਵੀ ਜਿਹੜਾ ਹੈਗਾ ਹੁਣ ਆਲ ਇੰਡੀਆ ਬੰਦ ਹੋਣ ਜਾ ਰਿਹਾ, ਕਿੰਨਾ ਨੁਕਸਾਨ ਹੋਏਗਾ ਜੀ ਪੂਰੇ ਦੇਸ਼ ਦੇ ਵਿੱਚ? ਬੰਦ ਹੋਏਗਾ ਜਿਹੜਾ, ਇਹਦਾ ਅਜੇ ਸ਼ੁਰੂਆਤ ਹੈ, ਇਹ ਸਪਰੈਡ ਕਰੇਗਾ ਔਰ ਇਹਦਾ ਦੇਸ਼ ਨੂੰ ਨੁਕਸਾਨ ਹੋਏਗਾ। ਕੇਂਦਰ ਸਰਕਾਰ ਨੂੰ ਚਾਹੀਦਾ ਕਿ ਇਮੀਡੀਏਟਲੀ ਗੱਲਬਾਤ ਕਰਨਾ, ਗੱਲਬਾਤ ਕਰਨ ਨੂੰ ਇਹਨਾਂ ਕੋਲ 26 ਮਹੀਨੇ ਥੋੜੇ ਸੀਗੇ ਜੀ, ਗੱਲਬਾਤ ਹੀ ਕਰੀ ਜਾਂਦੇ, ਕੰਮ ਤਾਂ ਕੋਈ ਕੀਤਾ ਨਹੀਂ। ਜਿਹੜੇ ਵਾਅਦੇ ਕੀਤੇ ਸੀ ਇਹਨਾਂ ਨੇ ਜਦੋਂ ਕਿਸਾਨਾਂ ਦਾ ਮੋਰਚਾ, ਜਦੋਂ ਮੋਦੀ ਸਾਹਿਬ ਨੇ ਕਾਨੂੰਨ ਵਾਪਸ ਲਏ ਆ, ਜਦੋਂ ਇਹ ਖਤਮ ਹੋ ਗਿਆ ਸੀਗਾ, ਉਸ ਤੋਂ ਬਾਅਦ 26 ਮਹੀਨੇ 'ਚ ਕਿਉਂ ਨਹੀਂ ਕੀਤਾ? ਹੁਣ ਤੱਕ ਸਾਰਾ ਕੁਛ ਹੋ ਜਾਣਾ ਚਾਹੀਦਾ ਸੀ। ਡਾਕਟਰ ਸਾਹਿਬ, ਨਿੱਜੀ ਪੱਧਰ ਤੇ ਤੁਸੀਂ ਪਿਛਲੇ ਅੰਦੋਲਨ ਦੇ ਵਿੱਚ ਕਾਫੀ ਸਾਥ ਦਿੱਤਾ ਸੀ, ਇਸ ਵਾਰ ਕੋਈ ਸੰਪਰਕ ਹੋਇਆ ਕਿਸੇ ਕਿਸਾਨ? ਮੇਰਾ ਰੋਲ ਚੇਂਜ ਹੋ ਗਿਆ ਜੀ, ਹੁਣ ਵੀ ਮੈਂ ਸਾਥ ਦੇ ਰਿਹਾ ਜੀ, ਮੈਂ ਤਾਂ ਹੁਣ ਵੀ ਸਾਥ ਦੇ ਰਿਹਾ, ਮੈਂ ਉਦੋਂ ਵੀ ਮੈਡੀਕਲ ਏਡ ਦਿੱਤੀ ਸੀ, ਹੁਣ ਵੀ ਮੈਡੀਕਲ ਏਡ ਦੇ ਰਿਹਾ। ਮੇਰਾ ਰੋਲ ਮਤਲਬ ਜਿਹੜਾ ਮੇਰਾ ਉਸ ਵੇਲੇ ਫਰਜ਼ ਬਣਦਾ ਸੀ, ਉਹ ਪੂਰਾ ਕੀਤਾ, ਹੁਣ ਵੀ ਪੂਰਾ ਕਰ ਰਿਹਾ।